ਦਿਆਲਗੜ੍ਹ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ, ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਤੇ ਇੱਥੇ ਬੈਠੇ ਸਾਰੇ ਹੀ ਸਤਿਕਾਰਯੋਗ ਵੀਰੋ ਤੇ ਭੈਣੋ, ਤੁਹਾਡੇ ਸਤਿਕਾਰ ਵਿੱਚ ਫਤਿਹ ਅਰਜ਼ ਕਰ ਰਿਹਾ। ਉਮੀਦ ਹੈ ਇਹਨੂੰ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਜਵਾ ਜੀ, ਦਿਆਲਗੜ੍ਹ ਬਹੁਤ ਮੇਰਾ ਤੇ ਜ਼ਾਤੀ ਤੌਰ ਦੇ ਉੱਤੇ ਇਹਨਾਂ ਚੋਂ ਬਹੁਤ ਜਿਹੜੇ ਅਸੀਂ ਜੇਲ੍ਹ 'ਚ ਵੀ ਇਕੱਠੇ, ਅੱਜ ਵੀ ਅਸੀਂ ਯਾਦ ਕਰਦੇ ਸਾਂ ਗਲੋਰੀ ਸਾਹਿਬ ਨਾਲ ਜੇਲ੍ਹ ਵਿੱਚ, ਜਿੱਦਾਂ ਦੀਆਂ ਅਸੀਂ ਉਹਨਾਂ ਕੋਲ ਸੁਣਦੇ ਰਹੇ ਹਾਂ ਅਤੇ ਬਾਕੀ ਵੀ ਸਾਰੇ ਇੱਥੋਂ ਦੇ ਮਿੱਤਰਾਂ ਨਾਲ। ਅਸੀਂ ਇੱਥੋਂ ਦੇ ਸੰਘਰਸ਼ਾਂ ਵਿੱਚ ਬਹੁਤ ਨੇੜਿਓਂ ਇੱਕ ਦੂਜੇ ਨੂੰ ਜਾਣਦੇ ਹਾਂ ਅਤੇ ਤੁਹਾਨੂੰ ਵੀਰੋ ਮੈਂ ਦੱਸਾਂ ਭੈਣੋ, ਆਹ ਹੁਣੇ ਕੈਪਟਨ ਸਾਹਿਬ ਦੱਸ ਰਹੇ ਸੀ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਨੇ ਸਭ ਤੋਂ ਪਹਿਲਾਂ ਅਸੀਂ ਨਿਰਣਾ ਲਿਆ ਬਾਜਵਾ ਸਾਹਿਬ ਦੀ ਮਦਦ ਕਰਨ ਦਾ। ਅਸਲ ਵਿੱਚ ਇਹਦੇ ਪਿੱਛੇ ਬਹੁਤ ਲੰਬੀ ਸੋਚ ਚੱਲ ਕੇ ਫੈਸਲਾ ਸੀ। ਇਹ ਨਹੀਂ ਕਿ ਐਵੇਂ ਹੀ ਅਸੀਂ ਸਾਰੇ ਪੰਜਾਬ 'ਚ ਲਿਆ ਫੈਸਲਾ। ਸਾਰੇ ਪੰਜਾਬ ਵਿੱਚ ਪੰਜਾਬ ਦੀ ਜਥੇਬੰਦੀ, ਪੰਜਾਬ ਦੀ ਲੀਡਰਸ਼ਿਪ, ਭਾਰਤੀ ਕਿਸਾਨ ਯੂਨੀਅਨ ਦੀ ਉਹ ਵੇਖਦੀ ਹੈ ਕਿ ਫਿਰ ਉਸ ਤੋਂ ਬਾਅਦ ਫੈਸਲਾ ਹੁੰਦਾ। ਲੇਕਿਨ ਫੈਸਲਾ ਡਿਲੇ ਕਰਕੇ ਲਿਆ ਹੋਇਆ, ਦੇਰ ਨਾਲ ਕੀਤਾ ਫੈਸਲਾ, ਨਾ ਫੈਸਲਾ ਲੈਣ ਦੇ ਬਰਾਬਰ ਹੋ। ਬੜੀ ਦੇਰ ਤੋਂ ਅਸੀਂ ਵਹਿੰਦੇ ਰਹੇ। ਤੁਹਾਨੂੰ ਮੈਂ ਦੱਸਾਂ ਕਿ ਇੱਥੇ ਮਨਰੇਗਾ ਆ ਜਿਹੜਾ 182 ਰੁਪਏ 100 ਦਿਨ ਦੀ ਦਿਹਾੜੀ ਚਾਹੁਣ ਦੀ ਗੱਲ ਹੈ, ਮਨਰੇਗਾ ਦਾ ਇਸ਼ੂ ਆ ਗਿਆ। ਅਸੀਂ ਬਾਜਵਾ ਸਾਹਿਬ ਨੂੰ ਅਪਰੋਚ ਕੀਤਾ ਵੀ ਬਾਜਵਾ ਸਾਹਿਬ ਇਹ ਜਿਹੜਾ ਇਸ਼ੂ ਹੈ ਇਹ ਤਾਂ ਹੈਗਾ ਸਿਰਫ ਕਿਸੇ ਹੋਰ ਥਾਂ ਦੇ ਉੱਤੇ ਕੰਮ ਕਰਨ ਦਾ। ਜੇ ਕੋਈ ਕਿਸਾਨ ਮਨਰੇਗਾ ਦੇ ਰੂਲਸ ਦੇ ਮੁਤਾਬਕ ਆਪਣੇ ਖੇਤ ਵਿੱਚ 5 ਕਿੱਲੇ ਤੋਂ ਘੱਟ ਵਾਲਾ ਹੋਵੇ ਤੇ ਆਪਣੇ ਖੇਤ ਵਿੱਚ ਉਹ ਕੰਮ ਕਰੇ ਜਿਹੜਾ ਮਨਰੇਗਾ ਕਹਿੰਦਾ ਵੀ ਕਰਾਓ, ਤੇ ਇਹ ਮੰਨਿਆ ਜਾਣਾ ਚਾਹੀਦਾ ਵੀ 5 ਕਿੱਲੇ ਵਿੱਚ ਆਪਣੇ ਖੇਤ ਵਿੱਚ ਮਨਰੇਗਾ ਦੀ ਦਿਹਾੜੀ ਕਰਕੇ, ਜਿਵੇਂ ਉਹ ਜਿਹੜੀ ਖਾਦ ਗੁੜਾਂ ਦੀ ਖਾਦ ਉਹ ਆਪਣੇ ਖੇਤ ਲਈ ਬਣਾਵੇ, ਆਪਣੇ ਖੇਤ ਵਿੱਚ ਪਾਣੀ ਜਿਹੜਾ ਉਹ ਬਾਹਰ ਨਾ ਜਾਣ ਦੇਵੇ, ਉਹਦੀਆਂ ਵੱਟਾਂ ਚੰਗੀ ਤਰ੍ਹਾਂ ਬੰਨ ਕੇ ਰੱਖੇ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਮਨਰੇਗਾ ਦੇ ਅਸੂਲਾਂ 'ਚ ਆਉਂਦੀਆਂ ਨੇ, ਉਹ ਜੇ ਕਰਕੇ ਜੇ 100 ਦਿਨ ਆਪਣੇ ਖੇਤ ਦੇ ਵਿੱਚ ਆਪਣੀ ਦਿਹਾੜੀ ਕਰ ਲਏ, ਇਹ ਹੋਣਾ ਚਾਹੀਦਾ। ਬਾਜਵਾ ਸਾਹਿਬ ਵੀ ਉਸੇ ਵੇਲੇ ਗੱਲ ਪਕੜ ਕੀਤੀ, ਇਹ ਲੈ ਕੇ ਉਸੇ ਵੇਲੇ ਗਏ ਅਨੰਦ ਸ਼ਰਮਾ ਕੋਲ, ਅਨੰਦ ਸ਼ਰਮਾ ਕੋਲ ਹੀ ਗਏ ਤੇ ਉੱਥੇ ਜਾ ਕੇ ਸਾਰੀ ਗੱਲਬਾਤ ਕੀਤੀ ਵੀ ਆਹ ਗੱਲ ਹੈ ਬੜੀ ਜ਼ਰੂਰੀ ਹੈ। ਤੇ ਹੁੰਦਿਆਂ ਇਹ ਹੋਇਆ ਕਿ 5 ਏਕੜ ਤੇ ਚਲੋ ਨਾ ਹੋਇਆ, 2.5 ਏਕੜ ਵਾਲੀ ਗੱਲ ਆ। 2.5 ਏਕੜ ਤੋਂ ਛੋਟਾ ਜਿਹੜਾ ਕਿਸਾਨ ਹੈ ਆਪਣੇ ਖੇਤ ਵਿੱਚ ਉਹ ਕੰਮ ਕਰ ਸਕਦਾ, ਉਹ ਹਾਲੇ ਤੱਕ ਸ਼ੁਰੂ ਹੋਣ ਵਿੱਚ ਇੱਦਾਂ ਦੀਆਂ ਫਿਰ ਢਿੱਲਾਂ ਨੇ ਵੀ ਉਹਦਾ ਕ੍ਰੈਡਿਟ ਨਾ ਨਹੀਂ ਚੱਲ ਜੇ। ਅਸੀਂ ਕਹਿੰਦੇ ਹਾਂ ਕ੍ਰੈਡਿਟ ਕ੍ਰੈਡਿਟ ਤੇ ਲੈ ਜਾਓ ਬਾਦਲ ਸਾਹਿਬ, ਤੁਸੀਂ ਸਾਨੂੰ ਨਾ ਮਨਰੇਗਾ ਦੇ ਤਹਿਤ ਸਾਡੇ ਬੰਦਿਆਂ ਨੂੰ ਜੇ ਦਿਹਾੜੀ ਲੈਣ ਦਿਓ ਤੇ ਕੀ ਮਾੜਾ ਹੈ।